ਅੱਜ ਸਵੇਰੇ ਇੱਕ ਇਨਸੀਡੈਂਟ ਫਾਇਰਿੰਗ ਦਾ ਸਾਨੂੰ ਰਿਪੋਰਟ ਹੋਇਆ ਸੀਗਾ ਆਰਮੀ ਕੰਟੋਨਮੈਂਟ ਦੇ ਏਰੀਆ ਵਿੱਚੋਂ। ਜਿਹਦੀ ਫਰਦਰ ਇਨਫੋਰਮੇਸ਼ਨ ਜਿਹੜੀ ਹੈਗੀ ਕਿ ਉਹਦੇ 'ਚ 4 ਬੰਦਿਆਂ ਦੀ ਡੈਥ ਹੋਈ ਹੈ ਜਿਹੜੇ ਗਾਰਡ ਡਿਊਟੀ 'ਤੇ ਸੀਗੇ ਆਫਿਸਰਸ ਮੈਸ ਦੇ ਲਾਗੇ। ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਜਿਹੜੀ ਟੀਮ ਹੈਗੀ ਹੈ SPD ਸਾਹਿਬ ਦੇ ਹੈਡ ਉਹ ਕਰ ਰਹੀ ਹੈਗੀ ਹੈ। ਅਜੇ ਤੱਕ ਐਸੀਡੈਂਟਸ ਦਾ ਪਤਾ ਨਹੀਂ ਲੱਗਿਆ, ਲੇਕਿਨ ਜਿੰਨੀ ਕਿ ਇਨਫੋਰਮੇਸ਼ਨ ਸਾਡੇ ਕੋਲ ਆਈ ਹੈਗੀ ਹੈ ਉਹਦੇ ਹਿਸਾਬ ਨਾਲ ਇੰਨਾ ਕਲੀਅਰ ਹੋ ਰਿਹਾ ਦਿਸ ਇਜ਼ ਨੋਟ ਅ ਟੈਰਰਿਸਟ ਐਕਟ। ਅੱਜ ਸਵੇਰੇ ਇੱਕ ਇਨਸੀਡੈਂਟ ਫਾਇਰਿੰਗ ਦਾ ਸਾਨੂੰ ਰਿਪੋਰਟ ਹੋਇਆ ਸੀਗਾ ਆਰਮੀ ਕੰਟੋਨਮੈਂਟ ਦੇ ਏਰੀਆ ਵਿੱਚੋਂ। ਜਿਹਦੀ ਫਰਦਰ ਇਨਫੋਰਮੇਸ਼ਨ ਜਿਹੜੀ ਹੈਗੀ ਕਿ ਉਹਦੇ 'ਚ 4 ਬੰਦਿਆਂ ਦੀ ਡੈਥ ਹੋਈ ਹੈ ਜਿਹੜੇ ਗਾਰਡ ਡਿਊਟੀ 'ਤੇ ਸੀਗੇ ਆਫਿਸਰਸ ਮੈਸ ਦੇ ਲਾਗੇ। ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਜਿਹੜੀ ਟੀਮ ਹੈਗੀ ਹੈ SPD ਸਾਹਿਬ ਦੇ ਹੈਡ ਉਹ ਕਰ ਰਹੀ ਹੈਗੀ ਹੈ। ਅਜੇ ਤੱਕ ਐਸੀਡੈਂਟਸ ਦਾ ਪਤਾ ਨਹੀਂ ਲੱਗਿਆ, ਲੇਕਿਨ ਜਿੰਨੀ ਕਿ ਇਨਫੋਰਮੇਸ਼ਨ ਸਾਡੇ ਕੋਲ ਆਈ ਹੈਗੀ ਹੈ ਉਹਦੇ ਹਿਸਾਬ ਨਾਲ ਇੰਨਾ ਕਲੀਅਰ ਹੋ ਰਿਹਾ ਦਿਸ ਇਜ਼ ਨੋਟ ਅ ਟੈਰਰਿਸਟ ਐਕਟ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ ਔਰ ਬੈਲ ਆਈਕਨ ਕੋ ਦਬਾਈਏ ਹਮਾਰੇ ਲੇਟੈਸਟ ਵੀਡੀਓ ਸਭ ਸੇ ਪਹਿਲੇ ਦੇਖਨੇ ਕੇ ਲੀਏ।